ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ ਤੁਸੀਂ ਦੇਖਦੇ ਹੋ ਛੋਟੀ ਕੁੜੀ ਨੂੰ ਦੇਖੋ ਜੀ ਚੱਕ ਮੁਰਿਆ ਹੈ ਬਕਾਇਦਾ ਤੇ ਕੋਈ ਨਾ ਕੋਈ ਟੀਕੇ ਲਵਾਏ ਨਾ ਕੁਝ ਲਵਾਇਆ ਦੇਖ ਲਓ ਛੋਟੀ ਜਿਹੀ ਬੱਚਾ ਹੈ ਗਈ ਛੋਟੀ ਜਿਹੀ ਕੁੜੀ ਆ ਦੇਖੋ ਜੀ ਇਹ ਜਾ ਰਹੀ ਆਪਣੇ ਪਰਿਵਾਰ ਨਾਲ ਕਿਤੇ ਜਾ ਰਹੀ ਇਹ ਦੇਖੋ ਜੀ ਦੇਖੋ ਦੇਖੋ ਜੀ ਜੀ ਖੁਦ ਵੇਖਦੇ ਪਏ ਹੋ ਕਿੱਡਾ ਦੇਖੋ ਕਿੱਡਾ ਡੂੰਗ ਪਾਇਆ ਹੋਇਆ ਜੇ ਕੱਲ੍ਹ ਨੂੰ ਕੁਛ ਹੋਏਗਾ ਤਾਂ ਜ਼ਿੰਮੇਵਾਰ ਕੌਣ ਹੋਏਗਾ ਮਗਰ ਇਹਨਾਂ ਨੇ ਜੇ ਕੁੱਤੇ ਰੱਖੇ ਘੱਟੋ ਘੱਟ ਵੀ ਇਹਨਾਂ ਨੂੰ ਸੰਭਾਲ ਕੇ ਰੱਖਣੀ ਚਾਹੀਦੀ ਆ ਇੱਕ ਨਹੀਂ ਦਸ ਦਸ ਕੁੱਤੇ ਗਏ ਆ ਮਗਰ ਕਈਆਂ ਨੂੰ ਵੱਢ ਚੁੱਕੇ ਆ ਮਗਰ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਵਾ ਗਲੀ ਇਹਨਾਂ ਨੇ ਕੁੱਤੇ ਰੱਖੇ ਆ ਪੰਜ ਛੇ ਕੁੱਤੇ ਰੱਖੇ ਗਲੀ ਮੁਹੱਲਿਆਂ ਨੂੰ ਇਹਨੇ ਵੱਢਿਆ ਨਾ ਕੋਈ ਕਾਰਵਾਈ ਪੁਲਿਸ ਇਹਨਾਂ ਕੋਈ ਨਹੀਂ ਕਰਦੀ ਉੱਥੇ ਨਾਲ ਕਹਿਣ ਆਈਏ ਕਹਿੰਦੇ ਕੋਈ ਗੱਲਬਾਤ ਨਹੀਂ ਇਸ ਤਰ੍ਹਾਂ ਕਰਾਂਗੇ ਕਰਦੇ ਕੁਛ ਨਹੀਂ ਹੈ ਹੁਣ ਮੈਂ ਇਹਨਾਂ ਦੇ ਘਰ ਲਾਂਬਾ ਲੈ ਕੇ ਆਇਆ ਵਾਂ ਅਤੇ ਕਹਿੰਦੇ ਕੋਈ ਗੱਲਬਾਤ ਨਹੀਂ ਹੁਣ ਮੈਂ ਸਰਕਾਰ ਨੂੰ ਕਹਿੰਦਾ ਇਹਨਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇ ਮਗਰ ਜਦੋਂ ਤੁਸੀਂ ਲੰਘਦੇ ਪਏ ਹੋ ਇਹ ਕੁੱਤੇ ਦੀ ਗੇਟ ਖੁੱਲ੍ਹਾ ਹੁੰਦਾ ਹਰ ਕਿਸੇ ਨੂੰ ਪੈ ਜਾਂਦਾ ਜੇ ਕੱਲ੍ਹ ਨੂੰ ਕੋਈ ਕਿਸੇ ਬੱਚੇ ਨੂੰ ਹਲਕ ਪੈ ਗਿਆ ਜ਼ਿੰਮੇਵਾਰ ਕੌਣ ਹੈ ਮੈਂ ਹੀ ਕਹਿਣ ਡਿਆ ਵਾ ਸਰਕਾਰ ਨੂੰ ਹੀ ਕਵਾਂਗਾ ਤੇ ਸਖ਼ਤ ਕਾਰਵਾਈ ਕੀਤੀ ਜਾਣ ਆ ਜਣੇ ਖਣੇ ਗਲੀ ਮੁਹੱਲੇ ਕੁੱਤਿਆਂ ਨੂੰ ਵਰਦਾ ਐ ਵੀ ਇਹਨਾਂ ਦੇ ਡੈਡੀ ਨੂੰ ਵੀ ਵੱਢਿਆ ਸੀ ਐ ਵੀਰ ਦੇ ਡੈਡੀ ਨੂੰ ਵੀ ਵੱਢਿਆ ਸੀ ਮਗਰ ਤੁਸੀਂ ਵੇਖਦੇ ਪਏ ਹੋ ਇਹ ਜਿਵੇਂ ਦੇਖੋ ਕੁੱਤਾ ਰੱਖਦੇ ਆ ਬਗੈਰਾ ਨੂੰ ਟੀਕੇ ਲਵਾਏ ਜਾਂਦੇ ਬਗੈਰਾ ਉਹਦਾ ਇਲਾਜ ਕਰਾਇਆ ਜਾਂਦਾ ਮਗਰ ਇਹ ਕੁੱਤੇ ਜੇ ਵਾਰਾ ਗਿਆ ਇਹ ਹਰ ਕਿਸੇ ਨੂੰ ਵੱਢ ਸਕਦੇ ਕੁਛ ਕਰ ਸਕਦੇ ਕੱਲ੍ਹ ਨੂੰ ਕਿਸੇ ਨੂੰ ਹਲਕ ਪੈ ਜਾਏ ਕੁਛ ਪੈ ਜਾਏ ਇਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਹੈਗੀ ਜਾਂ ਇਹ ਹੋਣਗੇ ਜਿਹਨਾਂ ਕਾਰਵਾਈ ਨੂੰ ਮੈਂ ਕਈ ਕੋਈ ਨਹੀਂ ਕਰੇਗਾ ਕਾਰਵਾਈ ਜੋ ਆਹ ਪਟਾ ਪਾਉਣਾ ਜਾਣਦੇ ਆਪ ਹੀ ਪਟਾ ਇਹਨਾਂ ਨੂੰ ਪਾਲਾਂਗੇ ਸਾਨੂੰ ਇਹ ਜਾਚ ਹੈ ਪਟਾ ਪਾਉਣ ਦੀ ਗੱਲ ਵਾ ਸਾਨੂੰ ਜਾਚ ਵਾ ਮਗਰ ਹਰ ਕਿਸੇ ਨੂੰ ਦੰਦੀ ਕਰੀ ਪੈਰ ਦੇ ਵੱਡੀ ਕਰੀ ਬਾਂਹ ਦੇ ਵੱਡੀ ਹਰ ਵੇ ਜੀ ਹੁੰਦਾ ਕਈ ਵਾਰੀ ਹਲਕ ਵੀ ਪੈ ਸਕਦਾ ਮਗਰ ਕੀ ਹੈ ਹਾਂਜੀ ਭਾਈ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਅੱਛਾ ਬਰਤਨ ਸਟੋਰ ਭਾਂਡਿਆਂ ਵਾਲੇ ਅੱਛਾ ਮੈਂ ਟੀਕੇ ਲਵਾਏ ਹੋਏ ਤੇ ਮਗਰ ਇਹਨਾਂ ਨੂੰ ਲੰਮਾ ਜੀ ਚਾਹੀਦਾ ਕੀ ਕਾਰਵਾਈ ਕੀਤੀ ਇਹਨਾਂ ਨੇ ਲੰਮਾ ਹੁੰਦਾ ਬਾ ਬੋਲੇ ਨਹੀਂ ਬਾਅਦ ਕਿਉਂ ਨਹੀਂ ਬੋਲੇ ਕਿਉਂ ਕੁੱਤੇ ਇਹਨਾਂ ਰੱਖੇ ਕੋਈ ਬਾਹਰ ਨਹੀਂ ਰੱਖੇ ਬਾਹਰ ਦੇ ਥੋੜੇ ਰੱਖੇ ਰੱਖੇ ਦੇਣੇ ਨੇ ਦੋ ਤਿੰਨ ਫੈਂਟੀਆਂ ਚੜ ਗਈਆਂ ਭਜਾਇਆ ਫਿਰ ਉਹਨਾਂ ਨੂੰ ਅੱਛਾ ਹੁਣ ਨਹੀਂ ਪੈਂਦੇ ਮੇਰੀ ਗੱਲ ਸੁਣਨੇ ਕੋਈ ਦਾ ਜੂਸ ਨਹੀਂ ਆ ਦੇਦੀ ਠੀਕ ਆ ਅੱਛਾ ਉਸ਼ਾਨੀ ਮੈਨੂੰ ਮੇਰੀ ਗੱਲ ਸੁਣਨਾ ਮੈਂ ਤੈਨੂੰ ਅੱਜ ਪਿਆਰ ਨਾਲ ਕਹਿਣਾ ਹੈ ਮਰ ਗਏ ਸਾਰੇ ਅੰਦਰ ਮਰ ਗਏ ਸਿੱਧੀ ਗੱਲ ਨਹੀਂ ਮੇਰੇ ਤੇ ਕੋਈ ਗੱਲ ਨਹੀਂ ਪੁੱਛਾ ਕਰਾ ਮੈਂ ਤੈਨੂੰ ਅੱਜ ਪਿਆਰ ਨਾਲ ਕਹਿਤਾ ਹੀ ਇਹਨਾਂ ਨਾਲ ਬੋਲ ਸਾਡੇ ਬੱਚੇ ਦਾ ਨੁਕਸਾਨ ਹੈ ਮੈਂ ਤੈਨੂੰ ਪਿਆਰ ਨਾਲ ਕਹਿਤਾ ਹੀ ਜਦੋਂ ਤੱਕ ਤੂੰ ਬਾਹਰ ਲਾਉਣੀ ਹੈ ਨਾ ਬਾਈ ਬਾਹਰ ਲਾ ਲਈ ਮੈਂ ਤੈਨੂੰ ਇੰਨੀ ਗੱਲ ਕਹਿਤੀ ਆ ਗਲੀ ਨੰਬਰ 4 ਦੇ ਵਿੱਚ ਦੇਖੋ ਜੀ ਪਹਿਲਾ ਮਕਾਨ ਹੈਗਾ ਜਿਸ 'ਚ ਉਹਨਾਂ ਨੇ ਕੁੱਤੇ ਰੱਖੇ ਆ 6-7 ਮਗਰ ਕੱਲ੍ਹ ਨੂੰ ਬੱਚਿਆਂ ਨੂੰ ਵਰਦੇ ਕੋਈ ਕਰਦੇ ਹਲਕ ਪੈ ਗਿਆ ਜ਼ਿੰਮੇਵਾਰ ਕੌਣ ਹੋਏਗਾ ਆਹ ਕੋਈ ਆ ਮਕਾਨ ਹੈਗਾ ਤੁਸੀਂ ਖੁਦ ਵੇਖਦੇ ਪਏ ਹੋ ਦੇਖਦੇ ਪਏ ਹੋ